ਬਹੁਤ ਟਾਈਮ ਤੋਂ ਜਿਹੜੇ ਬੱਚੇ ਇੰਤਜ਼ਾਰ ਕਰਦੇ ਸੀ ਕਿ ਅਸੀਂ ਪਲੱਸ ਟੂ ਤੋਂ ਬਾਅਦ ਤੁਰੰਤ ਲਾਅ ਕਰੀਏ, ਤਾਂ ਲਾਅ ਦੇ ਲਈ ਇੱਕ ਇਨਫੋਰਮੇਸ਼ਨ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ। ਇਸ ਦੇ ਵਿੱਚ ਗੱਲ ਕਰਾਂਗੇ ਪੰਜਾਬ ਲਾਅ ਐਡਮਿਸ਼ਨ ਦੇ ਬਾਰੇ। ਤਾਂ ਪੰਜਾਬ ਦੇ ਵਿੱਚ ਲਾਅ ਐਡਮਿਸ਼ਨ ਕੰਡਕਟ ਕੀਤੀ ਜਾ ਰਹੀ ਆ, ਕਿਹੜੀ ਯੂਨੀਵਰਸਿਟੀ ਆ ਉਹ ਹੈ ਜੀ ਆਪਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਦੁਆਰਾ। ਕਾਉਂਸਲਿੰਗ ਓਨਲੀ ਇਹਦੀ ਕੀ ਹੋਏਗੀ, ਕਾਉਂਸਲਿੰਗ ਹੋਏਗੀ ਜੀ, ਕਾਉਂਸਲਿੰਗ ਤੇ ਕਾਉਂਸਲਿੰਗ ਕੰਡਕਟ ਕੀਤੀ ਜਾ ਰਹੀ ਆ। ਤਾਂ ਗੱਲ ਕਰੀਏ 5 ਸਾਲ ਦਾ ਜਿਹੜਾ ਲਾਅ ਐਡਮਿਸ਼ਨ ਤੁਸੀਂ ਲਓਗੇ, ਹੁਣ 5 ਸਾਲ ਦੇ ਲਾਅ ਬਾਰੇ ਗੱਲ ਕਰਾਂਗੇ, ਕਿਹੜੇ ਕਿਹੜੇ ਕੋਰਸ ਆਉਂਦੇ ਨੇ। ਸਭ ਤੋਂ ਪਹਿਲਾਂ ਦੇਖੋ BA LLB 5 ਈਅਰ ਲਾਅ, BA LLB 5 ਈਅਰ ਲਾਅ ਆਨਰਸ ਵਿੱਚ ਆਉਂਦਾ, BCOM ਲਾਅ ਆਉਂਦਾ ਔਰ BBA ਲਾਅ। ਇਹ ਸਾਰੇ ਕੋਰਸ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਵੀ ਪਲੱਸ ਟੂ ਕਰ ਚੁੱਕੇ ਹੋ, ਤੁਸੀਂ ਨਾਲ BA ਕਰਨਾ ਚਾਹੁੰਦੇ ਹੋ ਪਲੱਸ ਲਾਅ ਕਰੋਗੇ। ਤਾਂ ਇਹਦੇ ਵਿੱਚ ਤੁਹਾਡੇ 5 ਸਾਲ ਦੇ ਕੋਰਸ ਦੇ ਵਿੱਚ, 5 ਸਾਲਾਂ ਦੇ ਵਿੱਚ ਤੁਹਾਡੇ 2 ਕੋਰਸ ਇਕੱਠੇ ਕਰਵਾਏ ਜਾਣਗੇ। ਤਾਂ ਉਹਦੀ ਐਡਮਿਸ਼ਨ ਕਦੋਂ ਸ਼ੁਰੂ ਹੋ ਰਹੀ ਆ, ਬਹੁਤ ਸਾਰੇ ਸਟੂਡੈਂਟ ਇਹੀ ਇੰਤਜ਼ਾਰ ਦੇ ਵਿੱਚ ਬੈਠੇ ਸੀਗੇ ਕਿ ਕਦੋਂ ਇਹਦੇ ਫਾਰਮ ਓਪਨ ਹੋਣ ਤੇ ਅਸੀਂ ਕਦੋਂ ਭਰੀਏ ਤੇ ਕਦੋਂ ਆਪਣੀ ਕਲਾਸਾਂ ਸ਼ੁਰੂ ਕਰੀਏ, ਕਿਉਂਕਿ ਸੁਪਨੇ ਬਹੁਤ ਵੱਡੇ ਹੁੰਦੇ ਆ। ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ। ਸੋ ਮਿਹਨਤ ਸ਼ੁਰੂ ਹੁੰਦੀ ਆ ਇੱਥੋਂ ਕਿ ਆਪਣੀ ਜਿਹੜੀ ਆਨਲਾਈਨ ਐਪਲੀਕੇਸ਼ਨ ਫਾਰਮ ਆ ਉਹ ਕਦੋਂ ਤੋਂ ਸ਼ੁਰੂ ਹੋ ਰਿਹਾ, 14/5/2024 ਤੋਂ ਕਦੋਂ ਸ਼ੁਰੂ ਹੋ ਰਿਹਾ। ਧਿਆਨ ਨਾਲ ਦੇਖਿਓ ਕਿ 14 ਤਰੀਕ ਤੋਂ 5ਵਾਂ ਮਹੀਨਾ ਮਈ ਦਾ, 14 ਮਈ ਨੂੰ ਐਪਲੀਕੇਸ਼ਨ ਫਾਰਮ ਓਪਨ ਹੋਣ ਵਾਲੇ ਆ ਤੇ ਰੈਡੀ ਹੋ, 14 ਮਈ ਦੂਰ ਨਹੀਂ ਹੈ। ਉਸ ਤੋਂ ਬਾਅਦ ਇਹ ਜਿਹੜੀ ਵੈਬਸਾਈਟ ਦਾ ਲਿੰਕ ਹੈ ਜਿੱਥੇ ਜਾ ਕੇ ਤੁਸੀਂ ਫਾਰਮ ਨੂੰ ਅਪਲਾਈ ਕਰੋਗੇ ਤੇ ਅਪਲਾਈ ਕਰਨ ਤੋਂ ਬਾਅਦ ਹੀ ਤੁਸੀਂ ਜਿਹੜੀ ਐਡਮਿਸ਼ਨ ਲੈ ਸਕੋਗੇ। ਗੱਲ ਕਰੀਏ ਲਾਸਟ ਡੇਟ ਦੀ, ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਹੋਣਾ ਵੀ ਉਹਦੀ ਕੋਈ ਲਾਸਟ ਡੇਟ ਤਾਂ ਹੋਏਗੀ, ਤਾਂ ਲਾਸਟ ਡੇਟ 26/6/2024 ਹੈ। ਕੁਛ ਕੁ ਦਿਨ ਹੀ ਮਿਲਣਗੇ ਤੁਹਾਨੂੰ, ਟੋਟਲ 12 ਦਿਨ ਹੀ ਮਿਲਣਗੇ ਤੇ ਵਿੱਚ ਇਹਦੀ ਆਨਲਾਈਨ ਫੀਸ ਜਿਹੜੀ ਰਹੇਗੀ, ਆਨਲਾਈਨ ਫੀਸ ਤੁਸੀਂ ਪੇ ਕਰੋਗੇ। ਤਾਂ ਆਨਲਾਈਨ ਫੀਸ ਪੇ ਕਰਨ ਤੋਂ ਬਾਅਦ ਹੀ ਤੁਹਾਡਾ ਜਿਹੜਾ ਐਪਲੀਕੇਸ਼ਨ ਫਾਰਮ ਆ ਕੰਪਲੀਟ ਹੋ ਜਾਏਗਾ। ਅਗਰ ਤੁਸੀਂ ਇਹ ਫਾਰਮ ਅਪਲਾਈ ਕਰਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਨੰਬਰ ਤੇ ਜਾ ਕੇ ਆਪਣੀ ਵਟਸਐਪ ਓਨਲੀ, ਅਗਰ ਕਾਲ ਕਰੋਗੇ ਕਾਲ ਪੋਸੀਬਲ ਨਹੀਂ ਹੋਣੀ, ਵਟਸਐਪ ਮੈਸੇਜ ਜ਼ਰੂਰ ਕਰ ਦਿਓ, ਅਸੀਂ ਤੁਹਾਡਾ ਐਪਲੀਕੇਸ਼ਨ ਫਾਰਮ ਅਪਲਾਈ ਕਰ ਦੇਵਾਂਗੇ। ਇਸ ਤੋਂ ਅੱਗੇ ਚੱਲਦੇ ਹਾਂ ਕਿ ਇਸ ਦੇ ਨਾਲ ਜਿਹੜੀ ਹੋਰ ਵੀ ਜ਼ਿਆਦਾ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਤਾਂ ਉਹ ਇੱਦਾਂ ਹੀ ਵੀਡੀਓ ਦੇ ਥਰੂ ਮਿਲੇਗੀ। ਇਸ ਕਰਕੇ ਇਸ ਚੈਨਲ ਨੂੰ ਤੁਸੀਂ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ। ਉਹ ਆਨਲਾਈਨ ਅਪਡੇਸ਼ਨ, ਅਗਰ ਆਪਾਂ ਓਨਲੀ ਕੁਆਲੀਫਾਈਂਗ ਡਿਗਰੀ ਮਾਰਕਸ ਬਾਈ ਕੈਂਡੀਡੇਟ, ਤਾਂ 26/6 ਤੋਂ ਲੈ ਕੇ 1/7/2024 ਤੱਕ ਤੁਸੀਂ 1 ਜੁਲਾਈ ਤੱਕ ਤੁਸੀਂ ਇਹ ਜਿਹੜਾ ਕਰ ਸਕਦੇ ਹੋ, ਜਿਹਦੇ ਵਿੱਚ ਆਪਣੀ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਵਿੱਚ ਕੁਛ ਡਾਟਾ ਫਿਲ ਕਰੋਗੇ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਜੋ ਵੀ ਆ। ਉਸ ਤੋਂ ਬਾਅਦ ਇਹਦੀਆਂ ਜਿਹੜੀਆਂ 3 ਕਾਉਂਸਲਿੰਗ ਹੁੰਦੀ ਆ, ਪਹਿਲੀ ਕਾਉਂਸਲਿੰਗ ਦੇ ਵਿੱਚ ਅਗਰ ਤੁਹਾਨੂੂੰ ਐਡਮਿਸ਼ਨ ਹੋ ਜਾਂਦੀ ਆ ਤਾਂ ਬਹੁਤ ਵਧੀਆ, ਤੇ ਲੱਡੂ ਸਾਡੇ ਘਰ ਭੇਜ ਦਿਓ, ਠੀਕ ਹੈ, ਮੈਂ ਐਡਰੈਸ ਦੇ ਦਾਂਗਾ। ਦੇਖੋ ਕਾਉਂਸਲਿੰਗ ਹੁੰਦੀ ਆ, ਫਸਟ ਕਾਉਂਸਲਿੰਗ ਸਟਾਰਟ ਹੋਏਗੀ, ਡਿਸਪਲੇ ਹੋਏਗੀ ਮੈਰਿਟ ਲਿਸਟ, ਪ੍ਰੋਵੀਜ਼ਨ ਮੈਰਿਟ ਲਿਸਟ, ਉਹ 2/7/2024 ਨੂੰ ਹੋਏਗੀ ਜੀ। ਉਸ ਤੋਂ ਬਾਅਦ ਜੋ ਵੀ ਕੈਂਡੀਡੇਟ ਡਿਸਪਰੈਂਸੀਜ਼ ਰਹਿੰਦੀਆਂ ਨੇ ਉਹ ਇੱਥੋਂ ਤੱਕ ਪਾ ਸਕਦਾ ਹੈ। ਉਸ ਤੋਂ ਬਾਅਦ ਡਿਸਪਲੇ ਫਾਈਨਲ ਜਿਹੜੀ ਆ ਡਿਸਪਲੇ ਹੋਏਗੀ ਮੈਰਿਟ ਲਿਸਟ ਦੇ ਨਾਲ ਨਾਲ ਫਸਟ ਕਾਉਂਸਲਿੰਗ 5 ਤੋਂ ਸ਼ੁਰੂ ਹੋ ਜਾਏਗੀ, 5/7/2024 ਤੋਂ। ਉਸ ਤੋਂ ਬਾਅਦ ਆਨਲਾਈਨ ਚੋਇਸ ਫਿਲਿੰਗ, ਕੈਂਡੀਡੇਟ ਆਪਣੀ ਬੱਚੇ ਨੇ ਕੈਂਡੀਡੇਟ ਨੇ 10 ਚੋਇਸ ਫਿਲ ਕਰਨੀ ਹੈ ਵੀ ਕਿੱਥੇ ਕਿੱਥੇ ਐਡਮਿਸ਼ਨ ਲਏਗਾ, ਉਹ 6/7/2024 ਨੂੰ ਹੀ ਹੋਏਗਾ।
ਇੱਕ ਦਿਨ ਉਹਦੀ ਕਾਉਂਸਲਿੰਗ ਹੋਏਗੀ, ਕਾਉਂਸਲਿੰਗ ਤੋਂ ਅਗਲੇ ਦਿਨ ਉਹਨੇ ਆਪਣਾ ਸਟੇਸ਼ਨ ਫਿਲ ਕਰਨਾ ਹੋਏਗਾ। ਉਹਦੀ ਕਾਉਂਸਲਿੰਗ ਸਪੋਰਟਸ ਕੈਟਾਗਰੀ ਵਾਲਿਆਂ ਦੀ ਇਹ ਤਰੀਕ ਹੈ ਜੀ, ਸਾਰੀ ਆ ਫਸਟ ਕਾਉਂਸਲਿੰਗ। ਤਾਂ ਫਸਟ ਕਾਉਂਸਲਿੰਗ ਦਾ ਸਾਰਾ ਸ਼ਡਿਊਲ ਆ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ, ਉਸ ਤੋਂ ਬਾਅਦ ਸੈਕਿੰਡ ਕਾਉਂਸਲਿੰਗ ਸੇਮ ਰਹੇਗੀ, ਉਸ ਤੋਂ ਬਾਅਦ ਥਰਡ ਕਾਉਂਸਲਿੰਗ ਵੀ ਸੇਮ ਰਹੇਗੀ ਜੀ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਕਾਉਂਸਲਿੰਗ ਦੀ, ਤਾਂ ਕਾਉਂਸਲਿੰਗ ਸੈਕਿੰਡ ਕਾਉਂਸਲਿੰਗ ਜਿਹੜੀ ਕੰਟੀਨਿਊ ਰਹੇਗੀ, ਉਹਦੀ ਸਾਰੀ ਐਕਟੀਵਿਟੀ ਲਿਖੀ ਹੋਈ ਹੈ, ਸੈਕਿੰਡ ਕਾਉਂਸਲਿੰਗ ਥਰਡ ਕਾਉਂਸਲਿੰਗ ਜੋ ਵੀ ਇਹਦੀ ਰਹਿੰਦੀ ਹੈ, ਤਾਂ ਤੁਸੀਂ ਉਹਨੂੰ ਫੋਲੋ ਕਰਦੇ ਜਾਣਾ। ਉਸ ਤੋਂ ਬਾਅਦ ਮੈਨੇਜਮੈਂਟ ਕੋਟਾ, ਨੋਨ ਮੈਨੇਜਮੈਂਟ ਕੋਟਾ, ਉਹ ਮੈਂ ਅਲੱਗ ਵੀਡੀਓ ਦੇ ਲਈ ਬਣਾਵਾਂਗਾ। ਬਟ ਇਹ ਦੇਖ ਲਓ ਕਿ ਜਿਹੜੀ ਆਪਣੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਕਿਸੇ ਵੀ ਕਾਲਜ, ਹਾਂਜੀ ਕਿਸੇ ਵੀ ਕਾਲਜ, ਕਿਸੇ ਵੀ ਯੂਨੀਵਰਸਿਟੀ, ਚਾਹੇ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਨਹੀਂ ਸਰੀ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਔਰ ਪੰਜਾਬ ਦੇ ਜਿੰਨੇ ਵੀ ਕਾਲਜ ਨੇ, ਉਹਨਾਂ ਵਿੱਚ ਐਡਮਿਸ਼ਨ ਲੈਣ ਦੇ ਬਾਰੇ ਸੋਚਦੇ ਹੋ, ਤਾਂ ਸੋ ਇਹਦੇ ਥਰੂ ਹੀ ਐਡਮਿਸ਼ਨ ਹੋਏਗੀ। ਮੈਂ ਗੱਲ ਕਰਦਾ BA LLB ਲੋ ਜਿਹੜਾ ਚੰਡੀਗੜ੍ਹ ਦਾ ਹੈ, ਉਹਦੇ ਐਪਲੀਕੇਸ਼ਨ ਫਾਰਮ ਆਊਟ ਕਦੋਂ ਦੇ ਹੋ ਚੁੱਕੇ ਸੀ, ਐਗਜ਼ਾਮ ਹੋ ਚੁੱਕਿਆ ਜੀ, ਉਹਦੇ ਬਾਰੇ ਨਾ ਸੋਚੋ, ਉਹਦੇ ਵਿੱਚ ਤੁਹਾਨੂੰ ਐਡਮਿਸ਼ਨ ਨਹੀਂ ਮਿਲੇਗੀ। ਅਗਰ ਤੁਸੀਂ ਚਾਹੁੰਦੇ ਹੋ ਪੰਜਾਬ ਦੇ ਵਿੱਚ ਐਡਮਿਸ਼ਨ ਲੈਣੀ, BA LLB, BCOM LLB, BSc LLB ਕਰਨਾ ਚਾਹੁੰਦੇ ਹੋ, ਜਾਂ BVL LLB ਕੋਰਸ ਕਰਨਾ ਚਾਹੁੰਦੇ ਹੋ, ਤਾਂ ਓਨਲੀ 5 ਈਅਰ ਤੁਹਾਡੇ ਕੋਲ 5 ਈਅਰ ਇੰਟੀਗ੍ਰੇਟਰ ਕੋਰਸ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਡੀਆਂ 2 ਡਿਗਰੀਸ ਹੋ ਜਾਣਗੀਆਂ। ਮੈਂ ਤੁਹਾਡੇ ਲਈ ਇੱਕ ਅਲੱਗ ਤੋਂ ਵੀਡੀਓ ਬਣਾਵਾਂਗਾ ਕਿ LLB ਪਲੱਸ BA LLB ਕੋਰਸ ਦੇ ਵਿੱਚ ਕੀ ਡਿਫਰੈਂਸ ਆ, ਸਭ ਤੋਂ ਜ਼ਰੂਰੀ ਕਿਹੜਾ, ਮੈਂ ਤੁਹਾਡੇ ਲਈ ਅਲੱਗ ਵੀਡੀਓ ਬਣਾਉਂਦਾਗਾ। ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ, ਇਸ ਤਰ੍ਹਾਂ ਦੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣਗੀਆਂ। ਅਗਰ ਤੁਹਾਡਾ ਵੀ ਕੋਈ ਦੋਸਤ ਮਿੱਤਰ BA BEd ਦੀ ਤਿਆਰੀ ਕਰ ਰਿਹਾ ਐਗਜ਼ਾਮ ਦੀ, ਜਾਂ ਫਿਰ ਓਨਲੀ BEd ਦੀ ਤਿਆਰੀ ਕਰ ਰਿਹਾ, ਤਾਂ ਉਹਦੇ ਵਾਸਤੇ ਐਂਟਰੈਂਸ ਟੈਸਟ ਹੋ ਰਿਹਾ, ਤਾਂ ਉਹਦੀ ਅਸੀਂ ਤਿਆਰੀ ਕਰਵਾ ਰਹੇ ਹਾਂ। ਤੁਹਾਡਾ ਦੋਸਤ ਮਿੱਤਰ ਜਾਂ ਤੁਸੀਂ ਵੀ ਇਸ ਫਾਰਮ ਨੂੰ ਅਪਲਾਈ ਕੀਤਾ, ਤਾਂ ਤੁਸੀਂ ਅੱਜ ਹੀ ਜਾ ਕੇ ਸਾਡਾ ਪੇਡ ਬੈਚ ਆ ਜਿਹੜਾ ਔਨਲਾਈਨ ਅਸੀਂ ਤਿਆਰੀ ਕਰਵਾ ਰਹੇ ਹਾਂ, ਪੇਡ ਬੈਚ ਜੁਆਇਨ ਕਰ ਸਕਦੇ ਆ। ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਲਈ, ਅਤੇ ਫਾਰਮ ਕਿਵੇਂ ਫਿਲ ਕਰੋਗੇ ਉਹਦੇ ਲਈ ਮੈਂ ਅਲੱਗ ਤੋਂ ਇੱਕ ਵੀਡੀਓ ਜ਼ਰੂਰ ਤੁਹਾਡੇ ਲਈ ਅਪਲੋਡ ਕਰਾਂਗਾ। ਬਾਕੀ ਅਗਰ ਅਪਲਾਈ ਕਰਵਾਉਣਾ ਚਾਹੁੰਦਾ ਫਾਰਮ, ਤਾਂ ਉਹ ਅਪਲਾਈ ਕਰਵਾ ਸਕਦੇ ਆ, ਜਿੰਨੀ ਵੀ ਫੀਸ ਰਹੇਗੀ ਫੀਸ ਪੇ ਕਰ ਦਿਓ, ਉਸ ਤੋਂ ਬਾਅਦ ਤੁਹਾਡੇ ਜਿਹੜਾ ਫਾਰਮ ਅਪਲਾਈ ਹੋ ਜਾਏਗਾ। ਕਿਉਂਕਿ ਝੰਝਟ ਦੇ ਵਿੱਚ ਨਾ ਫਸਿਓ, ਕਿਉਂਕਿ ਬੱਚੇ ਹਰ ਵਾਰ ਫਾਰਮ ਦੇ ਵਿੱਚ ਗਲਤੀ ਕਰਦੇ ਆ, ਅਸੀਂ ਹਰ ਵਾਰ ਉਹਨਾਂ ਨੂੰ ਸੁਧਾਰ ਕੇ ਦਿੰਦੇ ਹਾਂ। ਅਗਰ ਕੋਈ ਗਲਤੀ ਤੁਸੀਂ ਕਰਦੇ ਹੋ, ਤੁਹਾਡੀ ਐਡਮਿਸ਼ਨ ਕੈਂਸਲ ਵੀ ਹੋ ਸਕਦੀ ਆ। ਸਾਰੀ ਦੀ ਸਾਰੀ ਐਡਮਿਸ਼ਨ ਕਿਸ ਬੇਸ ਹੋਏਗੀ? ਮੈਰਿਟ ਬੇਸ। ਤਾਂ ਪਹਿਲੀ ਦੱਸ ਦਿੰਦਾ, ਮੈਰਿਟ ਬੇਸ ਐਡਮਿਸ਼ਨ ਰਹੇਗੀ, ਟੈਨਸ਼ਨ ਲੈਣ ਦੀ ਗੱਲ ਹੀ ਨਹੀਂ ਹੈ, ਕੋਈ ਐਗਜ਼ਾਮ ਨਹੀਂ ਹੋ ਰਿਹਾ ਇਹਦੇ ਵਿੱਚ, ਬਟ ਮੈਰਿਟ ਲਿਸਟ ਐਡਮਿਸ਼ਨ ਹੋਏਗੀ। ਠੀਕ ਹੈ ਜੀ, ਕੋਈ ਫਾਰਮ ਦੇ ਵਿੱਚ ਗਲਤੀ ਨਾ ਛੱਡਿਓ। ਅਗਰ ਤੁਹਾਡਾ ਦੋਸਤ ਮਿੱਤਰ ਕੋਈ ਹੋਰ ਵੀ ਹੈ, ਰਿਸ਼ਤੇਦਾਰ ਇਹੀ ਕੋਰਸ ਕਰਨਾ ਚਾਹੁੰਦਾ, ਉਹਨਾਂ ਨੂੰ ਇਹ ਵੀਡੀਓ ਭੇਜੋ, ਤਾਂ ਜੋ ਆਪਣੇ ਆਪ ਨੂੰ ਪ੍ਰਿਪੇਅਰ ਕਰ ਲੈਣ, ਅਤੇ ਆਪਣੇ ਡਾਕੂਮੈਂਟ ਜਲਦੀ ਜਲਦੀ ਪ੍ਰਿਪੇਅਰ ਕਰ ਲਓ। ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ, ਮੇਰੇ ਲੱਗ ਉਹਦੇ ਲਈ ਵੀ ਵੀਡੀਓ ਜ਼ਰੂਰ ਤੁਹਾਡੇ ਲਈ ਅਪਲੋਡ ਕਰਾਂਗਾ। ਥੈਂਕ ਸੋ ਮਚ ਵੀਡੀਓ ਦੇਖਣ ਲਈ, ਸ਼ੇਅਰ, ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।